ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗਗਨਦੀਪ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਇਸ ਚੈਨਲ ਦੇ ਥਰੂ ਤੁਹਾਨੂੰ ਤੱਕ UK ਸਟੱਡੀ ਵੀਜ਼ਾ ਦੀ ਹਰ ਉਹ ਲੇਟੈਸਟ ਔਰ ਇੰਪੋਰਟੈਂਟ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰ ਸਕੇ ਸੋ ਅੱਜ ਜਿਹੜੀ ਵੀਡੀਓ ਹੈਗੀ ਹੈ UK ਸਟੱਡੀ ਵੀਜ਼ਾ ਨੂੰ ਲੈ ਕੇ ਹੈਗੀ ਹੈ ਵੀ +2 ਪਾਸ ਆਊਟ ਬੱਚਿਆਂ ਵਾਸਤੇ ਜਿਨ੍ਹਾਂ ਦੇ ਕੋਲ PT ਸਕੋਰ ਜਿਹੜੇ ਲੋ PT ਸਕੋਰ ਹੈਗੇ ਨੇ ਬਟ ਬੱਚਿਆਂ ਦੀ ਪਰੇਸ਼ਾਨੀ ਕੀ ਹੁੰਦੀ ਹੈ ਕਿ ਜਦੋਂ ਉਹਨਾਂ ਦਾ PT ਸਕੋਰ ਆਉਂਦਾ ਹੈ ਸੋ ਅਗਰ PT ਸਕੋਰ ਉਹ ਅਪ ਟੂ ਦੀ ਮਾਰਕ ਨਹੀਂ ਆਇਆ ਜਿਹੜੀ ਉਹਨਾਂ ਨੇ ਅਸੈਸਮੈਂਟ ਲਿੱਤੀ ਹੁੰਦੀ ਹੈ ਅਤੇ ਉਹ ਇਹ ਸੋਚ ਕੇ ਘਰੇ ਰਹਿ ਕੇ ਪਰੇਸ਼ਾਨ ਹੁੰਦੇ ਨੇ ਕਿ ਹੁਣ ਸਾਡੇ ਕੋਲ ਸਕੋਰ ਤਾਂ ਹੈ ਨਹੀਂ ਅਤੇ ਅਸੀਂ UK ਕੀ ਹੁਣ ਕਿਤੇ ਵੀ ਬਾਹਰ ਜਾ ਨਹੀਂ ਸਕਦੇ ਸੋ ਇਹ ਵੀਡੀਓ ਉਹ ਬੱਚਿਆਂ ਵਾਸਤੇ ਜਿਨ੍ਹਾਂ ਦੇ PT ਸਕੋਰ ਲੈਸ ਨੇ ਜਿਨ੍ਹਾਂ ਅੱਜ ਮੈਂ ਉਹ ਤੁਹਾਨੂੰ ਯੂਨੀਵਰਸਿਟੀਜ਼ ਦੇ ਨਾਂ ਦੱਸਾਂਗਾ ਜਿਹਦੇ ਵਿੱਚ ਰਹਿ ਕੇ ਤੁਸੀਂ ਆਪਣਾ ਮੇ ਔਰ ਸਪਟੈਂਬਰ ਇਨਟੇਕ ਨੂੰ ਸਟਿਲ ਹਾਲੇ ਵੀ ਅਪਲਾਈ ਕਰ ਸਕਦੇ ਹੋ ਸੋ UK ਦੀ ਉਹ ਯੂਨੀਵਰਸਿਟੀਜ਼ ਜਿਹੜੀ ਲੋ PT ਸਕੋਰ ਦੇ ਨਾਲ ਸਟਿਲ ਹਾਲੇ ਵੀ ਐਡਮਿਸ਼ਨਸ ਦੇ ਰਹੇ ਨੇ ਅਤੇ ਤੁਸੀਂ ਉਹ ਯੂਨੀਵਰਸਿਟੀਜ਼ ਦੇ ਨਾਂ ਨੋਟ ਕਰ ਸਕਦੇ ਹੋ ਔਰ ਆਪਣੀ ਫਾਈਲ ਦੀ ਅਸੈਸਮੈਂਟ ਲੈ ਕੇ ਆਪਣੇ ਕੇਸ ਨੂੰ ਪ੍ਰੋਸੀਡ ਆਊਟ ਕਰ ਸਕਦੇ ਹੋ ਸੋ ਸਭ ਤੋਂ ਪਹਿਲੇ ਜਿਹੜੀ ਯੂਨੀਵਰਸਿਟੀ ਹੈਗੀ ਹੈ ਯੂਨੀਵਰਸਿਟੀ ਆਫ ਵੈਸਟ ਲੰਡਨ ਦੂਸਰੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਕਾਰਡਿਫ ਮੈਟਰੋਪੋਲੀਟਨ ਯੂਨੀਵਰਸਿਟੀ ਡੀ ਮੌਂਟਫੋਰਡ ਯੂਨੀਵਰਸਿਟੀ ਬਾਸਪਾ ਯੂਨੀਵਰਸਿਟੀ ਹਰਟਫੋਰਡਸ਼ਾਇਰ ਯੂਨੀਵਰਸਿਟੀ ਹਰਡਰਡਫੀਲਡ ਯੂਨੀਵਰਸਿਟੀ ਪੋਰਟਮਾਊਥ ਯੂਨੀਵਰਸਿਟੀ ਸੋ ਇਹ ਉਹ ਯੂਨੀਵਰਸਿਟੀਜ਼ ਨੇ ਜਿਹਦੇ ਵਿੱਚ ਅਗਰ ਬੱਚਿਆਂ ਦੇ ਕੋਲ PT ਦੇ ਵਿੱਚ 51 ਓਵਰਆਲ ਸਕੋਰ ਨੇ ਜਾਂ 52 ਓਵਰਆਲ ਸਕੋਰ ਨੇ ਜਾਂ 54 ਓਵਰਆਲ ਸਕੋਰ ਨੇ ਜਾਂ 55 ਓਵਰਆਲ ਸਕੋਰ ਨੇ ਸਟਿਲ ਉਹ ਬੱਚੇ ਇਨ ਯੂਨੀਵਰਸਿਟੀਜ਼ ਵਿੱਚ ਐਲੀਜੀਬਲ ਨੇ ਫੋਰ ਦੇਅਰ ਮੇ ਔਰ ਸਪਟੈਂਬਰ ਇਨਟੇਕ ਬਟ ਗਾਈਡੈਂਸ ਦੀ ਲੋੜ ਹੈ ਅਸੈਸਮੈਂਟ ਦੀ ਲੋੜ ਹੈ ਔਰ ਇੱਕ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਵਿੱਚ ਅਗਰ ਤੁਸੀਂ ਵੀ ਆਪਣਾ UK ਦਾ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਸੋ ਫੋਰ ਦੈਟ ਤੁਸੀਂ ਮੇਰੇ ਕਿਸੇ ਵੀ ਨੀਅਰੈਸਟ ਬ੍ਰਾਂਚਸ ਵਿੱਚ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਪ੍ਰੋਫਾਈਲ ਦੀ ਇੱਕ ਪ੍ਰੋਪਰ ਅਸੈਸਮੈਂਟ ਲੈ ਕੇ ਆਪਣਾ ਕੇਸ ਤੁਸੀਂ ਓਮ ਗਲੋਬਲ ਤੋਂ ਵੀ ਸਟਾਰਟ ਕਰ ਸਕਦੇ ਹੋ ਇਫ ਇਨ ਕੇਸ ਤੁਸੀਂ ਆਪਣਾ ਕੇਸ ਕਿਸੇ ਹੋਰ ਵੀ ਕੰਸਲਟੈਂਟ ਤੋਂ ਸਟਾਰਟ ਕਰਨਾ ਚਾਹੁੰਦੇ ਹੋ ਸਟਿਲ ਲੇਕਿਨ ਅਸੈਸਮੈਂਟ ਔਰ ਗਾਈਡੈਂਸ ਦੀ ਤੁਹਾਨੂੰ ਕਮੀ ਮਿਲਦੀ ਪਈ ਹੈ ਤੁਸੀਂ ਮੇਰੇ ਨੀਅਰੈਸਟ ਬ੍ਰਾਂਚਸ ਵਿੱਚ ਵਿਜ਼ਿਟ ਕਰੋ ਜਾਂ ਮੇਰੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ ਜਿਹੜਾ ਕਿ 9-1-9-1-61-9-1-61 ਹੈ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਇਨ ਚੈਨਲ ਦੇ ਥਰੂ ਰੈਗੂਲਰਲੀ ਆ ਕੇ ਤੁਹਾਡੇ ਤੱਕ ਹਰ ਉਹ ਜ਼ਰੂਰੀ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਸੋ ਅੱਜ ਵਾਸਤੇ ਇੰਨਾ ਹੀ ਬਣੇ ਰਹੋ ਇਸ ਚੈਨਲ 'ਤੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ UK ਦੇ ਲੇਟੈਸਟ ਅਪਡੇਟਸ ਨੂੰ ਲੈ ਕੇ ਟਿਲ ਦਾ ਟਾਈਮ ਥੈਂਕ ਯੂ ਸੋ ਮਚ